ਹਾਂ ਤੇ ਭਲਾ ਹੋਵੇ ਆ ਥੋੜਾ ਬਹੁਤਾ ਹੁਣ ਫਰਕ ਪੈ ਗਿਆ ਅੱਗੇ ਪਿੰਡਾਂ ਵਿੱਚ ਗ੍ਰੰਥੀਆਂ ਕੋਲੋਂ ਅਨਾਊਂਸਮੈਂਟ ਕਰਾ ਕੇ ਤੁਰ ਪੈਣਾ ਬਿਊਟੀ ਪਾਰਲਰ ਦਾ ਮੈਂ ਕੋਰਸ ਕਰਕੇ ਆਈ ਹਾਂ ਸਹੁਰਾ ਸਾਹਿਬ ਜਾ ਕੇ ਗੁਰਦੁਆਰੇ ਪਰਚੀ ਫੜਾਉਣੀ ਭਾਈ ਸਾਹਿਬ ਨੂੰ ਆ ਬੋਲ ਦਿਓ ਜੀ ਉਹਨਾਂ ਵੀ ਕਹਿਣਾ ਫਲਾਣੇ ਸੌਂਦੀ ਨੋ ਭਾਈ ਹੁਣ ਤੁਹਾਨੂੰ ਸ਼ਹਿਰ ਜਾਣਦੇ ਉਹਨੂੰ ਉਹਦੀ ਜਾਣੇ ਬੜਾ ਵੀ ਇੱਥੇ ਕੀ ਹੋਣਾ ਉਹਨੇ ਅਨਾਊਂਸਮੈਂਟ ਉਦਾਂ ਹੀ ਕਰ ਦੇਣੀ ਉਹ ਤੇ ਬਾਅਦ 'ਚ ਪਤਾ ਲੱਗਾ ਵੀ ਇੱਥੇ ਤੇ ਆਪਰ ਵੱਟੇ ਭਰੂਟੇ ਇੱਧਰ ਉੱਧਰ ਕਰਦੇ ਆ ਉਹ ਬੋਲੋ ਗੁਰੂ ਕੇ ਪਿਆਰਿਓ ਹੋ ਰਿਹਾ ਕਿ ਨਹੀਂ ਹੋ ਰਿਹਾ ਗਰੋਸਰੀ ਤੋਂ ਵੱਧ ਘਰ ਦੇ ਰਾਸ਼ਨ ਤੋਂ ਵੱਧ ਇਹਨਾਂ ਪੁੱਠਿਆਂ ਕੰਮਾਂ 'ਤੇ ਖਰਚਾ ਆ ਰਿਹਾ ਸਾਡੇ ਸਮਾਜ ਦਾ ਤੇ ਅਸਲੀ ਸੁੰਦਰਤਾ ਤੁਹਾਡੀ ਤੁਸੀਂ ਤਾਜ਼ਾ ਪਾਣੀ ਪੀਓ ਤੁਸੀਂ ਹਰੀਆਂ ਸਬਜ਼ੀਆਂ ਖਾਓ ਤੁਸੀਂ ਖੁਸ਼ ਰਹੋ ਤੁਹਾਨੂੰ ਕਿਸੇ ਇਸ ਪ੍ਰੋਡਕਟ ਦੀ ਜ਼ਰੂਰਤ ਨਹੀਂ ਤੁਹਾਡੀ ਆਪਣੇ ਆਪ ਚਮੜੀ ਵਧੀਆ ਰਹਿਣੀ ਹੈ ਅਗਲੇ ਤੁਹਾਨੂੰ ਚੇਟਕਲ ਆ ਰਹੇ ਆ ਪਰ ਸਾਡਾ ਸਮਾਜ ਪੁੱਠੇ ਬੰਨੇ ਤੁਰਿਆ ਇੱਥੇ ਕਿਸੇ ਨੂੰ ਰੋਕ ਕੇ ਵੇਖੋ ਲਾਵਾਂ ਵੇਲੇ ਐ ਅੱਜ ਕੱਲ੍ਹ ਤੇ ਹੁਣ ਮੁੰਡਾ ਵੀ ਚਪੜਾ ਖਾਣ ਜਾਂਦਾ ਉਹ ਬੋਲੋ ਪਿਆਰਿਓ ਹੋ ਰਿਹਾ ਕਿ ਨਹੀਂ ਹੋ ਰਿਹਾ ਮੁੰਡਾ ਤਿਆਰ ਹੋਣ ਗਿਆ ਜੀ ਤੁਸੀਂ ਇਹ ਸੋਹਣਾ ਉਹ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਸ਼ੈਂਪੂ ਸਰਫਾਂ ਸਾਬਣ ਨਹੀਂ ਸੀ ਹੁੰਦੇ ਘਰਾਂ 'ਚ ਉਦੋਂ ਕਹਿਣਾ ਵਟਣਾ ਵਟਣਾ ਮਲ ਦੋ ਇਹਦੀਆਂ ਆਡੀਆਂ ਨੂੰ ਸਟਾਲਾ ਲੱਗਾ ਵਾ ਇਹਨੂੰ 15 ਦਿਨ ਉਹਦਾ 15 ਦਿਨ ਕਹਿੰਦੇ ਨਾ ਸਾਹਿਬ ਬੱਜਾ ਘਰੋਂ ਨਹੀਂ ਬਾਹਰ ਨਿਕਲ ਲੈਣਾ ਉਹਦਾ ਵੀ ਕਾਰਨ ਇਹੋ ਸੀ ਇਹਦਾ ਮਤਲਬ ਨਹੀਂ ਸਾਹਿਬ ਬੱਜਾ ਜੇ ਸੱਟ ਲੱਗ ਜੂ ਇਹਦਾ ਮਤਲਬ ਇਹ ਹੁੰਦਾ ਸੀ ਇਹਨੂੰ 15 ਦਿਨ ਘਰ ਰੱਖ ਕੇ ਕੰਮ ਕੁੰਮ ਇਹਦਾ ਛਡਾ ਦਿਓ ਮਾੜੇ ਮੋਟੇ ਹੱਥਾਂ 'ਚੋਂ ਸਟਾਲਾ ਸਟੂਲਾ ਨਿਕਲ ਜੂ ਹੱਥ ਪੈਰੇ ਦੇ ਸਾਫ਼ ਹੋ ਜਾਣਗੇ ਫਿਰ ਮੂੰਹ ਤਾਂ ਢੱਕ ਕੇ ਖੜਦੇ ਸੀ ਵੀ ਦੰਦ ਜੇ ਮਾੜੇ ਮੋਟੇ ਉੱਚੇ ਆ ਤੇ 5-7 ਭਰਾ ਹੁੰਦੇ ਸੀ ਵਿਖਾਉਂਦੇ ਸੋਹਣੇ ਨੂੰ ਸੀ ਬਾਕੀ ਮੇਰੇ ਲੱਗੇ ਲੱਕੜ ਬੱਗੇ ਉੱਦਾਂ ਦੇ ਹੁੰਦੇ ਸੀ ਉਹ ਜਦੋਂ ਵਿਖਾਵਾ ਅੱਜ ਹੋਇਆ ਵਿਆਹ ਹੋਣਾ 10 ਸਾਲਾਂ 15 ਨੂੰ ਉਦੋਂ ਤੱਕ ਚੇਤਾ ਭੁੱਲ ਜਾਂਦਾ ਸੀ ਵੀ ਕਿਹੜਾ ਵਿਖਾਇਆ ਵਾ ਵਿਖਾਉਣਾ ਸੋਹਣੇ ਨੂੰ ਵਿਆਹ ਮੋਹਣੇ ਨੂੰ ਲਿਆਉਣਾ ਦੱਸ ਦੋ ਜੇ ਗਲਤ ਆ ਬੋਲੋ ਪਿਆਰਿਓ ਹੁਣ ਚੰਗਾ ਬੜਾ ਮੁੰਡਾ ਸੋਹਣਾ ਵਾ ਧੀ ਵੀ ਸਾਡੀ ਸੰਖੀ ਆ ਉਹਨੂੰ ਘੁੱਗੂਜਾ ਬਣਾ ਕੇ ਜਾਂ ਗਾੜੀ ਉਹਦੇ ਝਾਲਰਾਂ ਸੁੱਟੀਆਂ ਉਹਦੇ ਗਾੜੀਆਂ ਫਿਰ ਕਿਰਪਾਨ ਲੱਭਦੇ ਫਿਰਦੇ ਆ ਤੁਸੀਂ ਹੁਣ ਹੁਣ ਕਿਰਪਾਨ 'ਚੋਂ ਤੁਸੀਂ ਲੈਣਾ ਕੀ ਦੱਸੋ ਕਿਰਪਾਨ ਦਾ ਸਮਾਂ ਤਾਂ ਲਾਵਾਂ ਨਾ ਹੈਗਾ ਇਹਦਾ ਮਤਲਬ ਇਹ ਹੁੰਦਾ ਸੀ ਪੁਰਾਣੇ ਬਰਾਤਾਂ ਦੇ ਵਿੱਚ ਰਸਤੇ 'ਚ ਲੁੱਟ ਲੈਂਦਾ ਸੀ ਕੋਈ ਹਰ ਬਰਾਤੀ ਇੱਕ ਅੱਧਾ ਕੋਈ ਵੈਪਨ ਆਪਣੇ ਨਾਲ ਲੈ ਕੇ ਜਾਂਦਾ ਸੀ ਟਕੂਆ ਕੋ ਗੰਡਾਸਾ ਤੇ ਇੱਕ ਕਿਰਪਾਨ ਕਹਿਣਾ ਇਹ ਆਪਣੇ ਘਰਾਂ ਦਾ ਆਮ ਸ਼ਿੰਗਾਰ ਹੀ ਸੀ ਕਿਰਪਾਨ ਤਾਂ ਆਪਣੇ ਘਰਾਂ ਦਾ ਕਹਿਣਾ ਲਾੜੇ ਨੂੰ ਕਿਰਪਾਨ ਫੜਾ ਦਿਓ ਵੀ ਕੋਈ ਰਾਤ ਕੋਈ ਧਾੜਵੀ ਨਾ ਹੋਵੇ ਹੁਣ ਤੁਹਾਨੂੰ ਲੱਗਦਾ ਬਰਾਤ ਨੂੰ ਕੋਈ ਰਾਤ ਲੁੱਟ ਲੂ ਹੁਣ ਤੇ ਬਰਾਤ ਲੁੱਟਣ ਜਾਂਦੀ ਸਗੋਂ ਟਰੱਕ ਘਰੋਂ ਲੈ ਕੇ ਜਾਂਦੇ ਨੇ ਲੁੱਟ ਲਿਆਓ ਬਰਾਤੀ ਜਿਹੜੇ ਆ ਉਹ ਖਾਣ ਪੀਣ ਨਿਬੇੜ ਆਉਂਦੇ ਕੰਮ ਜਿਹੜੇ ਉਹਨਾਂ 5-5, 6-6 ਦਿਨ ਦੇ ਹਵਾਈ ਲਾਏ ਸੀ ਤੇ ਬਾਕੀ ਸਾਰੇ ਕੋਲ ਮੁੰਦਰੀਆਂ ਛਾਪਾਂ ਛੱਲੇ ਗੱਡੀਆਂ ਮੋਟਰ ਹੀ ਜੋ ਵੀ ਉੱਥੋਂ ਲੈਂਦਾ ਨੱਪੀ ਆਉਂਦੇ ਕਿੱਲੀ ਸਾਰਾ ਫਿਰ ਵੀ ਨੁਕਸ ਕੱਢਦੇ ਗੱਲ ਨਹੀਂ ਬਣੀ ਉਹਨਾਂ ਕੋਲੋਂ ਇਹ ਪੁੱਠੀਆਂ ਰਿਵਾਜ਼ ਆਪਣੇ ਧੀਆਂ ਪੁੱਤਾਂ ਦੇ ਆਨੰਦ ਕਾਰਜ ਕਰਨੇ ਉਹਨੂੰ ਕੋਈ ਸਵੇਰੇ ਪੁੱਤਰ ਆਪੇ ਇਸ਼ਨਾਨ ਕਰ ਵਿਹੜੇ 10-12 ਵਜੇ ਤੱਕ ਉਹਨੂੰ ਲਿਆਓ ਜੀ ਮੂਵੀ ਵਾਲਾ ਹੁਣ ਉਹਦੀ ਸਾਰਾ ਨਹਾਉਣ ਦਾ ਵੀ ਰਿਕਾਰਡਿੰਗ ਕਰਦੇ ਉਹਦੀ ਉਹਨੂੰ ਕੋਈ ਛਾਲਾਂ ਮਰਾਉਂਦੇ ਚੱਪਣੀ ਦੇ ਉੱਤੇ ਉਹਦੇ ਕੋਲੋਂ ਜੇ ਉਹਦੇ ਚੱਪਣੀ ਪੈਰ 'ਚ ਹੋਵੇਗੀ ਫਿਰ ਲੰਗੇ ਵਾਂ ਲਾਵਾਂ ਲਊਗਾ ਚੰਗਾ ਲੱਗੂ ਤੁਹਾਨੂੰ ਜੇ ਲੱਤ ਬਾਂਹ ਟੁੱਟ ਗਈ ਤੇ ਗਿੱਟਾ ਟੁੱਟ ਗਿਆ ਤੇ ਸਿਆਣੇ ਬੰਦੇ ਤੇ ਕਹਿੰਦੇ ਹੁੰਦੇ ਸੀ ਭਾਂਡੇ ਖਰੀਦਣ ਦੀ ਜਾ ਸਿਖਾਓ ਉਹਨਾਂ ਦਾ ਵਿਆਹ ਹੋਣ ਵਾਲਾ ਅਸੀਂ ਉਹ ਮੂਰਖ ਲੋਕ ਅਸੀਂ ਚੱਪਣੀਆਂ ਪਹਿਲੀਆਂ ਵੀ ਤੜਾਉਣ ਡਿਆ ਕਹਿ ਕੇ ਵੇਖ ਲਓ ਕਿਸੇ ਨੂੰ ਉਸ ਵੇਲੇ ਗ੍ਰੰਥੀ ਦੇ ਆਖੇ ਲੱਗਣਾ ਟੱਬਰ ਨੇ ਪ੍ਰਚਾਰਕ ਦੇ ਆਖੇ ਲੱਗਣਾ ਕੈਮਰੇ ਵਾਲਾ ਧੁੱਪੇ ਖਿਲਾਰ ਸਕਦਾ ਉਹ ਅਮਰੂਦਾਂ ਦੀ ਛਾਵੇਂ ਕਹਿੰਦਾ ਮੈਂ ਕੋਚ ਬਣਾਉਣੇ ਇਹਦੇ ਉੱਥੇ ਆਖੇ ਜੇ ਸਹੁਰਾ ਅਣਖੀ ਬਾਪ ਬੋਲ ਸਕੇ ਉੱਥੇ ਅਣਖੀ ਭਰਾ ਜਿਹੜੇ ਕਹਿੰਦੇ ਜੀ ਮੈਂ ਉਹ ਕਰ ਦੂੰ ਟੇਢਾ ਮੇਢਾ ਮੂੰਹ ਕਰਕੇ ਅਗਲੇ ਮੂਵੀਆਂ ਬਣਾਉਂਦੇ ਆ ਜੇ ਤੇ ਬਣ ਜੇ ਤੇ ਮੂਵੀ ਵੇਖਣ ਨੂੰ ਜੀ ਕਰਦਾ ਮੁੜ ਕੇ ਤੇ ਜੇ ਨਾ ਬਣਦੀ ਹੋਵੇ ਫਿਰ ਤੇ ਉੱਥੇ ਦੁਕਾਨਾਂ 'ਤੇ ਪਈਆਂ ਰਹਿੰਦੀਆਂ ਮੂਵੀਆਂ ਵੀ ਉੱਦਾਂ ਹੀ ਅਸੀਂ ਉਜਾੜਾ ਧੜਿਆ ਆਪਾਂ ਅਸੀਂ ਸੱਚ ਜਾਣੇ ਹੋ ਕਈਆਂ ਨੂੰ ਗੱਲਾਂ ਮੇਰੀਆਂ ਚੰਗੀਆਂ ਨਹੀਂ ਲੱਗਣੀਆਂ ਪਰ ਹੋ ਰਿਹਾ ਕਿ ਨਹੀਂ ਹੋ ਰਿਹਾ ਬੋਲੋ ਪਿਆਰੇ ਕੁਝ ਗੱਲਾਂ ਸਾਡੇ ਆਪਣੇ ਹੱਥ ਵਾਸਾ ਨੌਜਵਾਨ ਜਿਨ੍ਹਾਂ ਦੇ ਅਜੇ ਆਨੰਦ ਕਾਰਜ ਹੋਣੇ ਆ ਉਦਣ ਆਪਣੇ ਆਪ ਸਵੇਰੇ ਇਸ਼ਨਾਨ ਕਰਿਓ ਧੀਆਂ ਨੂੰ ਵੀ ਬੇਨਤੀ ਫਿਰ ਨਿਆਣੇ ਵੱਡੇ ਹੋ ਕੇ ਮਜ਼ਾਕ ਕਰਦੇ ਆ ਡੈਡੀ ਆਪਣੇ ਘਰ ਦੇ 2-3 ਵਾਸ਼ਰੂਮ ਹੈਗੇ ਸੀ ਤੂੰ ਵਿਹੜੇ 'ਚ ਨਹਾਈ ਜਾਂਦਾ ਉਦਾਂ ਹੀ ਇਹ ਕਿਹੜਾ ਤੇਰਾ ਨਹਾਉਣਾ ਜਿਹੜਾ ਕੈਮਰੇ 'ਚ ਰਿਕਾਰਡਿੰਗ ਹੋ ਰਹੀ ਹੈ ਦੱਸੋ ਉਹ ਬਜ਼ੁਰਗੋ ਥੋੜ੍ਹਾ ਜਿਹਾ ਇਸ ਬੰਨੇ ਧਿਆਨ ਦੇਣ ਦੀ ਨੌਜਵਾਨੋ ਧਿਆਨ ਦੇਣ ਦੀ ਲੋੜ ਵਾ ਫਿਰ ਬੀਬੀਆਂ ਨੂੰ ਨਹਾਉਂਦੀਆਂ ਵਟਣਾ ਮਲਦੀਆਂ ਵਾ ਉਹ ਇਹ ਪੁਰਾਣਾ ਸਮਾਂ ਸੀ ਜਦੋਂ ਰੰਗ ਰੂਪ ਸਹੀ ਨਹੀਂ ਸੀ ਹੁੰਦਾ ਵੇਸਣ ਮਲਣਾ ਮਕਈ ਦਾ ਆਟਾ ਲਾ ਦਿਓ ਇਹਦੇ ਮਾੜੀ ਮੋੜ ਚਮੜੀ ਇਹਦੀ ਚਿੱਟੀ ਹੋ ਜਾਏ ਹੁਣ ਤਾਂ ਲੋੜ ਹੀ ਹੈ ਨਹੀਂ ਇਹਨਾਂ ਗੱਲਾਂ 'ਤੇ
ਪਰ ਪੁੱਠੇ ਇਹ ਰੀਤਾਂ ਵਾ ਜਿਹੜੀਆਂ ਅਸੀਂ ਬੜੀਆਂ ਰੀਝਾਂ ਨਾਲ ਨਿਭਾਉਂਦੇ ਹਾਂ। ਕੋਈ ਬਾਣੀ ਦੇ ਅਰਥ ਪੁੱਛ ਕੇ ਵੇਖ ਲਓ, ਪਤਾ ਹੀ ਹੈ ਨਹੀਂ ਸਾਨੂੰ ਕਿਸੇ ਨੂੰ, ਕਿਸੇ ਨੂੰ ਪੁੱਛ ਕੇ ਵੇਖ ਲਓ ਬਾਣੀ ਦੇ ਅਰਥ ਵਿਚਾਰ। ਅੱਛਾ ਇੱਕ ਆਨੰਦ ਕਾਰਜ ਵਿੱਚ ਇਹਨਾਂ ਰੀਤਾਂ ਤੇ ਟਾਈਮ ਵੱਧ ਵਾ, ਲਾਵਾਂ ਤੇ ਕਾਹਲੀ ਪਈ ਹੁੰਦੀ ਹੈ ਵੀ ਦਬ ਦਬ ਭਾਈ ਸਾਹਿਬ ਜੀ ਸਮਾਪਤੀ ਕਰ ਦਿਓ, ਅਸੀਂ ਜਾਣਾ ਮੁੜ ਕੇ, ਪਤਾ ਨਹੀਂ ਮੁੜ ਕੇ ਕਿੱਥੇ ਜਾਣਾ ਇਹਨਾਂ ਨੇ, ਜਾਣਾ ਪੈਲਸ ਵਿੱਚ ਹੈ ਕਿ ਉੱਥੇ ਜਾਂਦਿਆਂ ਨੂੰ ਕਿਤੇ, ਉਹ ਜਿਹੜੇ ਲਾਵਾਂ ਵੇਲੇ ਵੀ ਆਏ ਹੁੰਦੇ ਉਹਨਾਂ ਨੂੰ ਫਿਕਰ ਪਿਆ ਹੁੰਦਾ ਜਾਂਦਿਆਂ ਨੂੰ ਸਟਾਲ ਹੀ ਨਾ ਮੁੱਕ ਜਾਣ ਕਿਤੇ। 150-200 ਬਰਾਤ ਜਾਂਦੀ ਆ, ਮਸਾ ਲਾਵਾਂ ਤੇ 10-15 ਜਾਣੇ ਪਹੁੰਚਦੇ ਖਿੱਚ ਧੂਕੇ, ਉਹ ਵੀ ਧੱਕੇ ਨਾ ਜਾਂਦੇ ਆ ਕਿ ਉਹ ਪਿੱਛੋਂ ਪਤਾ ਕਹਿਣਗੇ ਜਿਹੜੇ ਬਰਾਤੀ ਗਏ ਉਹਨੂੰ, ਕਿ ਚੱਲ ਲਾਵਾਂ ਚਲੇ, ਮੈਂ ਉੱਥੇ ਕਰਨਾ, ਉੱਥੇ ਮੇਰਾ ਕੰਮ ਆ। ਅਤੇ ਉਹਨੂੰ ਬੰਦਾ ਪੁੱਛੇ ਇੱਥੇ ਤੇਰਾ ਕੀ ਕੰਮ, ਡਾਂਸ ਰਾਣਾ ਭੰਗੜਾ ਪਾਉਣਾ, ਤੂੰ ਕੰਮ ਤਾਂ ਤੇਰਾ ਇੱਥੇ ਵੀ ਕੋਈ ਨਹੀਂ ਆ। ਜੇ ਸੱਚ ਪੁੱਛੋ ਤਾਂ ਕੰਮ ਤਾਂ ਤੇਰਾ ਇੱਥੇ ਵੀ ਕੋਈ ਨਹੀਂ ਸੀ, ਜੇ ਉੱਥੇ ਤੇਰਾ ਕੰਮ ਨਹੀਂ ਤਾਂ ਇੱਥੇ ਕਿਹੜਾ ਕੰਮ ਤੇਰਾ ਹੈਗਾ। ਪਰ ਸਮਝਾਵੇ ਕਿਹੜਾ ਸਾਨੂੰ ਜੀ, ਗੱਲ ਤੇ ਸਾਨੂੰ ਇੱਥੇ ਆਖੇ ਕਿਹੜਾ, 15-20 ਮਿੰਟ ਅੱਜ ਦਾ ਤੁਸੀਂ ਬੈਠੇ, ਇੱਦਾਂ ਵੀ ਆਨੰਦ ਕਾਰਜ ਹੋ ਸਕਦੇ ਨਹੀਂ ਹੋ ਸਕਦੇ, ਬੋਲ ਕੇ ਦੱਸਿਓ ਜੀ, ਹੋ ਸਕਦੇ ਆ ਨਾ ਇੱਦਾਂ ਬੈਠ ਕੇ ਤੁਸੀਂ ਅੱਧਾ ਪੌਣਾ ਘੰਟਾ 2 ਘੰਟੇ ਲਾਓ ਟਿਕਾ ਕੇ, ਦੀਵਾਨ ਵਿਚਾਰਾਂ ਹੋਣ ਗੁਰਮਤੀਆਂ ਸੋਹਣੇ ਤਰੀਕੇ ਨਾਲ। ਮੈਂ ਹਰ ਸਟੇਜ 'ਤੇ ਕਹਿੰਦਾ ਠੀਕ ਹੈ ਕੁਝ ਸਰਕਾਰਾਂ ਦੀਆਂ ਨੀਤੀਆਂ ਗਲਤ ਵਾ, ਪਰ ਨੀਤੀਆਂ ਸਾਡੀਆਂ ਵੀ ਕੋਈ ਐਡੀਆਂ ਸਹੀ ਨਹੀਂ ਹੈਗੀਆਂ। ਹੁਣ ਜਿਹੜੇ ਗੁਰੂ ਸਾਹਿਬ ਨੇ ਆਉਣ, ਜਿਵੇਂ ਹੁਣ ਇੱਕ ਨਵਾਂ ਆ ਚੱਲਿਆ ਕਰਵਾ ਚੌਥ ਦਾ ਵਰਤ, ਕਈ ਹਿੰਦੂ ਵੀਰਾਂ ਦੇ ਫੋਨ ਆਏ ਤੁਹਾਨੂੰ ਕਰਵਾ ਚੌਥ ਦਾ ਵਰਤ ਚੁਭਦਾ ਹੈ ਜੀ, ਮੈਂ ਕਿਹਾ ਅਸੀਂ ਤੁਹਾਡੀ ਗੱਲ ਤਾਂ ਕਰਦੇ ਹੀ ਨਹੀਂ, ਅਸੀਂ ਤਾਂ ਗੱਲ ਆਪਣੀਆਂ ਭੈਣਾਂ ਦੀ ਕਰਦੇ ਹਾਂ ਵੀ ਤੁਸੀਂ ਸਵੇਰ ਦੀਆਂ ਭੁੱਖੀਆਂ ਬੈਠੀਆਂ ਜੇ, ਵੀ ਬੀਬੀ ਦੇ ਵਰਤ ਰੱਖਣ ਨਾਲ ਬੰਦੇ ਦੀ ਉਮਰ ਕਿੱਦਾਂ ਲੰਬੀ ਹੋ ਜੂਗੀ। ਅਜੇ ਕੋਈ ਬੀਬੀ ਨੂੰ ਇਹ ਕਹੇ ਵੀ ਤੂੰ ਭੁੱਖੀ ਰਵੇਂਗੀ ਤੇਰਾ ਇੱਕ ਅੱਧਾ ਦਿਨ ਉਮਰ ਦਾ ਵਾਧੂ ਤੇ ਗੱਲ ਫੱਬਦੀ ਆ। ਅੱਛਾ ਭੁੱਖੀ ਬੀਬੀ ਰਵੇ ਤੇ ਉਮਰ ਬੰਦੇ ਦੀ ਵਾਧੂ, ਇਹ ਕਿੱਦਾਂ ਹੋਊਗਾ। ਅੱਛਾ ਇੱਕ ਵਰਤ ਐਸਾ ਵਿਖਾ ਦਿਓ ਜਿਹੜਾ ਬੰਦਾ ਰੱਖੇ ਤੇ ਬੀਬੀ ਦੀ ਉਮਰ ਵੀ ਵਧਦੀ ਹੋਵੇ। ਤੇ ਅੱਜ ਮੈਂ ਵੇਖ ਰਿਹਾ ਸੀ ਇੱਕ ਵੀਰ ਨੇ ਵੀਡੀਓ ਪਾਈ, ਉਹ ਵੀ ਹਿੰਦੂ ਵੀਰ ਹੀ ਆ, ਉਹਦਾ ਬੀਬੀ ਉਹ ਜੇ ਸੱਚੀ ਪਤੀ ਦੀ ਲੰਬੀ ਉਮਰ ਵਧਾਉਣੀ ਆ ਨਾ ਥੋੜ੍ਹਾ ਜਿਹਾ ਮਿੱਠਾ ਬੋਲ ਲਿਆ ਕਰੋ, 2 ਸਾਲ ਵੱਧ ਜਾਣੀ ਵੈਸੇ ਇਹਨਾਂ ਦੀ। ਉਹ ਕਹਿੰਦਾ ਵੀ ਥੋੜ੍ਹਾ ਜਿਹਾ ਉਹ ਵੀ ਹਿੰਦੂ ਵੀਰ ਹੀ ਆ, ਅਤੇ ਮੈਂ ਹਿੰਦੂ ਵੀਰਾਂ ਨੂੰ ਸਲਾਹ ਦਿੰਦਾ ਉਹਨਾਂ ਦੇ ਵੀ ਕਲਿੱਪ ਕਦੀ ਕਦੀ ਸੁਣ ਲਿਆ ਕਰੋ, ਉਹਨੇ ਆਖਿਆ ਭੁੱਖੇ ਰਹਿਣ ਨਾਲ ਉਮਰ ਨਹੀਂ ਵੱਧਦੀ। ਅੱਛਾ ਇੱਕ ਮੈਨੂੰ ਵੀਰ ਆਉਂਦਾ ਜੀ ਤੁਸੀਂ ਰੋਜ਼ਿਆਂ ਬਾਰੇ ਵੀ ਬੋਲਦੇ ਹੋ, ਮੈਂ ਕਿਹਾ ਹਾਂਜੀ, ਮੈਂ ਬਾਣੀ 'ਚ ਲਿਖਿਆ ਵਰਤ ਨਾ ਰਹੋ ਨਾ ਮੈਂ ਰਮਦਾਨਾ, ਨਾ ਮੈਂ ਵਰਤ ਰੱਖਦਾ ਨਾ ਮੈਂ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ, ਅਤੇ ਇਸ ਸੇਵੀ 'ਚੋਂ ਰੱਖਿਆ ਨਦਾਨਾ, ਕਿਉਂਕਿ ਇਹ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨੇ ਮੇਰਾ, ਹੱਜ ਕਾਬੇ ਜਾਓ ਨਾ ਤੀਰਥ ਪੂਜਾ, ਨਾ ਮੈਂ ਹੱਜ ਕਾਬੇ ਜਾਂਦਾ ਨਾ ਮੈਂ ਤੀਰਥਾਂ 'ਚ ਜਾ ਕੇ ਪੂਜਾ ਕਰਦਾ, ਇੱਕੋ ਸੇਵੀ ਅਵਰਨ ਦੂਜਾ, ਪੂਜਾ ਕਰੋ ਨਾ ਨਮਾਜ਼ ਗੁਜ਼ਾਰੋ, ਏਕ ਨਿਰੰਕਾਰ ਲੈ ਜਿਹਦੇ ਨਮਸਕਾਰੋ, ਨਾਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ, ਅਸੀਂ ਸਾਰੇ ਕੰਮ ਹੀ ਕਰ ਛੱਡੇ। ਅੱਛਾ ਚਲੋ ਜਿਹੜਾ ਬੰਦਾ ਤੇ ਬੀਬੀ ਨੂੰ ਪੂਰਾ ਸੁੱਖ ਦੇ ਰਿਹਾ, ਰੋਟੀ ਪਾਣੀ ਹਰ ਕੱਪੜਾ ਹਰ ਜਾਣੀ ਕੋਈ ਨਸ਼ਾ ਨਹੀਂ ਕਰਦਾ, ਉਹ ਬੀਬੀ ਚਲੋ ਭੁੱਖੀ ਵੀ ਰਵੇ ਵੀ ਕਵੇ 2 ਸਾਲ ਉਮਰ ਵੱਧ ਜੇ, ਜਿਹੜੀ ਕੁੱਟ ਵੀ ਖਾ ਰਹੀ ਆ ਨਾ ਉਹਦੇ ਕੋਲੋਂ ਉਹ ਵੀ ਭੁੱਖੀ ਬੈਠੀ ਸਵੇਰ ਦੀ, ਤੂੰ ਸਗੋਂ 2 ਵੱਧ ਖਾ, ਅੱਜ ਤੂੰ ਉਹਨੂੰ ਡਰਾ ਡਰਾ ਕੇ ਖਾ ਵੀ ਵੇਖ ਲਾ ਵੀ ਮੈਂ ਅੱਜ 1 ਵੱਧ ਖਾਣ ਲੱਗੀ ਵੀ ਤੇਰੀ ਉਮਰ ਘਟਾ ਦੇਣੀ ਹੋਣੀ, ਵੀ ਮੈਂ ਹੱਡੀਆਂ ਥੋੜ੍ਹਾ ਰੋਜ਼ ਸੁਕਾਉਣੀਆਂ। ਉਹ ਸ਼ਰਾਬੀ ਨੂੰ ਛਾਣਨੀ 'ਚ ਵੇਖੀ ਜਾਂਦੀ ਆ, ਹੁਣ ਆਹ ਵੀ ਚੁਬਣੀਆਂ ਕਈਆਂ ਨੂੰ ਮੇਰੀਆਂ ਗੱਲਾਂ। ਭਰਾਵਾ ਮੈਂ ਹਿੰਦੂ ਵੀਰਾਂ ਨੂੰ ਬੇਨਤੀ ਕਰਦਾ, ਭਰਾਵੋ ਤੁਹਾਡੀ ਗੱਲ ਨਹੀਂ ਕਰ ਰਹੇ ਅਸੀਂ, ਤੇ ਆਪਣੇ ਟੱਬਰਾਂ ਦੀਆਂ ਗੱਲ ਕਰ ਰਹੇ ਹਾਂ, ਪਿੰਡਾਂ ਦੀ ਵੀ ਰਿਵਾਜ਼ ਚੱਲ ਪਿਆ, ਪਿੰਡਾਂ 'ਚ ਵੀ ਬੀਬੀਆਂ ਛਾਣਨੀ 'ਚ ਘਰ ਵਾਲੇ ਦਾ ਮੂੰਹ ਵੇਖੀ ਜਾਂਦੀ ਆ। ਛੋਡੇ ਅੰਨ ਕਰਿਆ ਪਖੰਡ, ਨਾ ਉਹ ਸੁਹਾਗਣ ਨਾ ਉਹ, ਵੇਖੋ ਹਾਲਾਤ ਕਿਹੜੇ ਬਣੇ ਪਏ ਆ। ਆ ਕਰਵਾ ਚੌਥ ਦੇ ਵਰਤ ਬਾਰੇ ਨਾ ਇਹਦਾ ਮਤਲਬ ਪ੍ਰਚਾਰਕਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਇਹ ਸਮਾਜਿਕ ਰੀਤੀ ਆ, ਸਮਾਜਿਕ ਰੀਤੀ ਆ, ਜਿਸ ਕ੍ਰਿਤੀ ਦੇ ਵਿਰੁੱਧ ਸਾਡੇ ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ। ਇਹ ਸਮਾਜ ਸੁਧਾਰਕ ਕੰਮ ਸੀ, ਮਰਦ ਮਰਦਾ ਸੀ ਤੇ ਔਰਤ ਨੂੰ ਨਾਲ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ, ਸਤੀ ਪ੍ਰਥਾ। ਪਰ ਜੇ ਔਰਤ ਚੜ੍ਹਾਈ ਕਰ ਜਾਏ ਵੱਡੀ ਉਮਰ ਦੇ ਵਿੱਚ ਵੀ ਉਹਦੇ ਵਾਸਤੇ ਦੂਜਾ ਰਿਸ਼ਤਾ ਉਸੇ ਵੇਲੇ ਆ ਜਾਂਦਾ ਸੀ। ਇਹ ਬਾਣੀ 'ਚ ਲਿਖਿਆ ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਨ।